ਆਪਾਂ ਇਹ ਗੱਲ ਕਰਦੇ ਆ ਸਕੂਲਿੰਗ ਵੀਜ਼ਾ ਦੀ ਹੈ ਨਾ ਪਹਿਲਾਂ ਯੂ ਐਸ اے ਦੀ ਗੱਲ ਕਰਦੇ ਆ ਪਿੱਛੇ ਆਪਾਂ ਵੀਜ਼ਾ ਵੀ ਆਇਆ ਆਪਾਂ ਦਰਸ਼ਕਾਂ ਨੂੰ ਦਿਖਾ ਵੀ ਦਿੰਨੇ ਆ ਵਿੱਚ ਸ਼ੋਅ ਦੇ ਜਿਹਨਾਂ ਸਟੂਡੈਂਟਸ ਦਾ ਵੀਜ਼ਾ ਆਇਆ ਉਹਨਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਕਿੰਦਾ ਲੱਗ ਰਿਹਾ ਬੇਟਾ ਅੱਛਾ ਕਿਹੜੀ ਕਲਾਸ ਇੱਥੇ ਸੀਗੇ 6th ਤੇ ਹੁਣ ਕਿਹੜੀ ਕਲਾਸ ਜਾ ਰਹੇ ਹੋ 6th 6th ਜਾ ਰਹੇ ਹੋ ਤੋ ਕਿੰਨੀ ਖੁਸ਼ੀ ਹੈ ਬਹੁਤ ਚੰਗੀ ਫਰੈਂਡਸ ਬੋਲਦੇ ਨੇ ਵੀ ਆਪ ਜਾ ਰਹੇ ਹੋ ਯੂ ਐਸ اے ਬੋਲਦੇ ਆ ਫਿਰ ਕੀ ਕਹਿੰਦੇ ਉਹ 얘 ਤੇ ਕੀ ਤੂੰ ਕਿਉਂ ਜਾ ਰਹੀ ਹੈ ਦੁਖੋ ਦੁਖੋ ਤਾਂ ਉਹਨੂੰ ਇਸ ਵਿੱਚ ਕਿਉਂ ਜਾ ਰਹੀ ਹੈ ਨਾ चलो कोई बात नहीं उनको भी बुला लेना आपने है ना उनको बता देना भी लवी जी से मिल लो तुम भी okay. <laughs> हाँ जी कैसा लग रहा है बेटा हाँ मुझे बहुत अच्छा लग रहा है क्योंकि आज मैं अपना यूएसए का वीजा ग्रांट कर पाया हूँ इसलिए मैं बहुत खुश हूँ इस चीज के आप किस क्लास में जा रहे हो मैं सेवेंथ क्लास में जा रहा हूँ अच्छा। इंडिया में सेवेंथ क्लास में था अच्छा फिर वहाँ भी सेवेंथ में हुआ आपका एडमिशन हाँ जी अच्छा

ਇਹ ਬੰਦੇ ਨੂੰ ਬੱਚੇ ਨੂੰ ਪਤਾ ਹੁੰਦਾ ਹੈ ਅਭੀ ਨਹੀਂ ਮੈਂ ਆਪਣੀ ਸਟੱਡੀਜ਼ ਕੰਪਲੀਟ ਕਰਨੇ ਕੇ ਬਾਅਦ ਆਪਣੇ ਹੋਮ ਟਾਊਨ ਵਾਪਸ ਆਉਂਗਾ ਤਾਂ ਕਿ ਮੈਂ ਸਰਵਿਸਿਜ਼ ਇੱਥੇ ਵੀ ਪ੍ਰੋਵਾਈਡ ਕਰ ਸਕੂੰ ਜੋ ਮੈਂ ਵਹਾਂ ਸੇ ਸਿੱਖ ਕੇ ਆ ਰਿਹਾ ਹੂੰ ਵੈਰੀ ਗੁੱਡ ਤੇ ਇਹ ਸਾਡੇ ਨਾਲ ਬੱਚੇ ਹੈ ਜੀ ਦੋ ਤੇ ਇਹਨਾਂ ਦੇ ਵੀਜ਼ਾ ਲੱਗੇ ਆ ਯੂ ਐਸ ਏ ਦਾ ਸਕੂਲਿੰਗ ਵੀਜ਼ਾ ਤੇ ਕਿੰਨੀ ਏਜ ਹੈ ਜੀ ਬੇਟੇ ਦੀ ਕਿੰਨੀ ਏਜ ਹੈ ਮੈ ਜੀ ਇਹ 13 ਸਾਲ ਦਾ ਹੈ ਬੇਟਾ ਬੇਟਾ 11 ਸਾਲ ਕੀ ਹੈ ਤੇ ਇਹ ਉਹ ਸਟੂਡੈਂਟ ਸੀਗੇ ਜਿਨ੍ਹਾਂ ਦਾ ਹੁਣੇ ਵੀਜ਼ਾ ਆਇਆ ਹੈ ਯੂ ਐਸ ਏ ਦਾ ਪੂਰੀ ਫੈਮਿਲੀ ਦਾ ਵੀਜ਼ਾ ਆਇਆ ਜਿਹੜੇ ਇਹਨਾਂ ਦੇ ਪਿਤਾ ਨੇ ਉਹ ਬੱਚੇ ਦੇ ਉਹ ਪੁਲਿਸ ਚ ਨੇ ਦਿੱਲੀ ਤੇ ਉਹਨਾਂ ਦਾ ਵੀ ਵੀਜ਼ਾ ਆ ਗਿਆ ਪਾਸਪੋਰਟ ਜਿਵੇਂ ਸਟੈਂਪ ਹੋਣ ਲਈ ਗਿਆ ਹੋਇਆ ਬੱਚਿਆਂ ਦਾ ਪਾਸਪੋਰਟ ਉਹਨਾਂ ਦੇ ਹੱਥ ਵਿੱਚ ਆ ਤੁਸੀਂ ਦੇਖ ਲਿਆ ਤੇ ਸਰ ਹੋਰ ਹੁਣ ਕਿਹੜਾ ਇਹਦੇ ਲਈ ਵੀ ਕੋਈ ਇਨਟੇਕ ਹੁੰਦਾ ਜਾਂ ਲਿਸਿਬਿਲਟੀ ਕਿਵੇਂ ਹੁੰਦੀ ਹੈ ਜਿਵੇਂ ਇਹ ਤਾਂ ਗਵਰਨਮੈਂਟ ਜੌਬ ਤੇ ਸੀ ਕੀ ਹੋਰ ਵੀ ਕੋਈ ਲੈ ਸਕਦਾ ਵੀਜ਼ਾ ਜੀ ਬਿਲਕੁਲ ਦੇਖੋ ਯੂਐਸਏ ਦਾ ਭਾਜੀ ਸਾਰਿਆਂ ਨੂੰ ਪਤਾ ਕਿ ਇੰਟਰਵਿਊ ਬੇਸਡ ਵੀਜ਼ਾ ਹੁੰਦਾ ਇਨੀਸ਼ੀਅਲੀ ਆਪਾਂ ਦੋ ਤਿੰਨ ਸਕੂਲ ਦੇ ਵਿੱਚੋਂ ਤੁਹਾਡਾ ਆਫਰ ਪ੍ਰੋਸੀਡ ਕਰਨੇ ਆ ਜਿੱਥੇ ਸਾਨੂੰ ਸੀਟ ਮਿਲਦੀ ਹੈ ਇੱਕ ਗੱਲ ਦਾ ਧਿਆਨ ਰੱਖਿਓ ਯੂਐਸਏ ਦੇ ਜੋ ਸਕੂਲਸ ਹੈਗੇ ਆ ਕੈਨੇਡਾ ਦੀ ਤਰ੍ਹਾਂ ਅੰਨੇ ਪਾ ਤੁਹਾਨੂੰ ਆਫਰ ਲੈਟਰ ਨਹੀਂ ਦੇ ਸਕਦੇ ਉਹਨਾਂ ਕੋਲ ਲਿਮਿਟੇਸ਼ਨਸ ਹੁੰਦੀਆਂ ਉਹ ਕੁਝ ਆਫਰ ਲੈਟਰ ਹੀ ਤੁਹਾਨੂੰ ਇਸ਼ੂ ਕਰ ਸਕਦੇ ਆ ਕੋਈ ਤੁਹਾਨੂੰ ਯੂਐਸਏ ਕਹਿੰਦਾ ਪਾਜੀ ਮੈਨੂੰ ਇਨਾ ਪਤਾ ਕਿ ایای ایف ایس ਤੋਂ ਪਹਿਲਾਂ ਕਿਸੇ ਨੇ ਵੀ یو ایس اے ਸਕੂਲਿੰਗ ਵੀਜ਼ਾ ਨਾ ਕਦੇ ਪ੍ਰਮੋਟ ਕੀਤਾ ਨਾ ਕਿਸੇ ਨੇ ਕੋਈ ਵੀਜ਼ਾ ਦਿਖਾਇਆ ਆਪਾਂ ਫebruary ਚ ਪ੍ਰੋਸੈਸ ਸ਼ੁਰੂ ਕੀਤਾ ਸੀਗਾ اگست ਇਨਟੇਕ ਵਾਸਤੇ ਸਕਸੈਸਫੁਲੀ ਵੀਜ਼ੇ ਲੈ ਰਹੇ ਆਂ ਆਪਾਂ ਬਹੁਤ ਛੇਤੀ ਮੈਂ ਤੁਹਾਡੇ ਨਾਲ ਹੋਰ ਵੀ ਵੀਜ਼ੇ ਸ਼ੇਅਰ ਕਰਨ ਵਾਲਾ ਆਂ ਆਫਰ ਲੈਟਰ ਤੋਂ ਬਾਅਦ ਤੁਹਾਡੀ ਫਾਈਨੈਂਸ਼ੀਅਲ ਕਪੈਸਿਟੀ ਜਾਂਦੀ ਹੈ ਹੁਣ ਇਹਦੇ ਵਿੱਚ ਨਾ ਸੀਆ ਰਿਪੋਰਟ ਜਾਏਗੀ ਨਾ ਤੁਹਾਡੀ ਕੋਈ ਆਈਟੀਆਰ ਜਾਏਗੀ ਓਨਲੀ ਤੁਹਾਡੀ ਜੋ ਫੰਡਿੰਗ ਹੈਗੀ ਆ ਅਕੋਰਡਿੰਗ ਟੂ ਸਕੂਲ ਹੋਏਗੀ 35 ਲੱਖ ਦੇ ਸ਼ੋ ਮਨੀ ਮੰਗਦੇ ਆ 45 ਦੇ ਮੰਗਦੇ ਆ 60 ਦੇ ਮੰਗਦੇ ਆ ਦੈਟ ਡਿਪੈਂਡਸ ਅਪਾਨ ਸਕੂਲ ਕਿ ਸਕੂਲ ਦੀ ਫੀਸ ਕਿੰਨੀ ਆ ਵਨ ਇਅਰ ਲੀਵਿੰਗ ਐਕਸਪੈਂਸ ਤੇ ਟਿਊਸ਼ਨ ਫੀ ਦਾ ਆਪਾਂ ਸ਼ੋ ਕਰਨਾ ਹੁੰਦਾ ਉਸ ਤੋਂ ਬਾਅਦ ਤੁਹਾਡੀ I20 ਆਂਦੀ ਆ ਹੁਣ ਜੋ ਪਾਜੀ ਦੀ ਗੱਲ ਸੀਗੀ ਕਿ ਆ ਔਰ ਵੀ ਅਪਲਾਈ ਕਰ ਸਕਦੇ ਆ ਬਿਲਕੁਲ ਤੁਸੀਂ 100% ਕਰ ਸਕਦੇ ਹੋ ਦੁਬਾਰਾ ਤੋਂ ਕਹਿ ਰਹੇ ਆ ਦੇ ਵਿੱਚ ਤੁਹਾਡਾ ਕੋਈ ਇਨਕਮ ਦਾ ਡਾਕੂਮੈਂਟ ਨਹੀਂ ਜਾਣਾ ਸਿਰਫ ਫਾਈਨੈਂਸ਼ੀਅਲਸ ਜਾਣਾ ਇੰਟਰਵਿਊ ਵਿੱਚ ਤੁਹਾਨੂੰ ਕੁਐਸਚਨ ਪੁੱਛਿਆ ਜਾਂਦਾ ਹੂ ਇਜ਼ ਸਪੌਂਸਰਿੰਗ ਯੂ 14 ਸਾਲ ਤੋਂ ਛੋਟਾ ਬੱਚਾ ਹੈ ਬੱਚੇ ਦਾ ਇੰਟਰਵਿਊ ਨਹੀਂ ਹੋਏਗਾ ਉਹਦੇ ਬਿਹਾਫ ਤੇ ਪੇਰੈਂਟ ਦਾ ਹੋਏਗਾ 14 ਸਾਲ ਤੋਂ ਉੱਤੇ ਦਾ ਤਾਂ ਉਹ ਫਿਰ ਬੱਚੇ ਤੋਂ ਪੁੱਛਣਗੇ ਵਾਇਡ ਸਕੂਲ ਫਾਈਨੈਂਸ਼ੀਅਲ ਸਪான்ਸਰ ਦਾ ਪੁੱਛੋਗੇ ਜਿਹਦੀ ਇੰਟਰਵਿਊ ਦੀ ਪ੍ਰੈਪਰੇਸ਼ਨ ਆਪਾਂ ਕਰਵਾਨੇ ਹੁੰਨੇ ਆ ਅਜੇ ਇਸ ਟਾਈਮ ਹਾਈ ਕਮਿਸ਼ਨ ਦੇ ਵਿੱਚ ਯੂ ਐਸ اے ਸਕੂਲਿੰਗ ਵੀਜ਼ਾ ਦੀਆਂ ਫਾਈਲਸ IFS ਤੋਂ ਇਲਾਵਾ ਹੋਰ ਕੋਈ ਪ੍ਰੈਜੈਂਟ ਨਹੀਂ ਕਰ ਰਿਹਾ ਔਰ ਸਾਡਾ ਇੱਕ ਵੀ ਚੀਡਨ ਪ੍ਰੋਸੈਸ ਹੈਗਾ ਕਿ ਜੋ ਆਪਾਂ ਬੱਚੇ ਨੂੰ ਕਹਿੰਨੇ ਆ ਉੱਥੇ ਗੱਲ ਕਹਿਣੀ ਹੈ ਬਿਕੋਜ਼ ਯੂਐਸਏ ਦੀ ਮੈਂ ਤੁਹਾਨੂੰ ਗੱਲ ਦੱਸਣਾ ਕਿ ਯੂਐਸਏ ਵਿੱਚ ਕਾਫੀ ਇੰਡੀਅਨਸ ਐਜੂਕੇਸ਼ਨ ਲੈਂਦੇ ਆ ਦੇ ਆਪਟ ਫॉर ਬੋਰਡਿੰਗ ਐਂਡ ਆਦਰ ਚੀਜ਼ਾਂ ਵਾਸਤੇ ਜਿਹਨਾਂ ਆਪਾਂ ਟ੍ਰੇਨ ਕਰਾਨੇ ਆ ਇਹ ਐਫਐਸ ਤੇ ਜੋ ਟਾਈ ਅਪ ਹੋ ਗਿਆ ਦੇਖੋ ਸਿਆਟਲ ਸਕੂਲਸ 8 ਸਕੂਲ ਇਹਨਾਂ ਦੇ ਅੰਡਰ ਆ ਗਿਆ ਨਰਥਨ ਅਕੈਡਮੀ ਲੇਕ ਮੈਰੀ ਇਹਨਾਂ ਸਾਰਿਆਂ ਸਕੂਲਸ ਦੇ ਵਿੱਚ ਆਪਾਂ ਪ੍ਰੋਸੀਡ ਕਰਨਾ ਹੈ ਇਹਨਾਂ ਕੋਲ ਬੋਰਡਿੰਗ ਫੈਸਿਲਿਟੀ ਵੀ ਹੈਗੀ ਆ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਵੀ ਹੈਗੀਆਂ ਸਪੋਰਟਸ ਵੀ ਹੈਗਾ 뮤ਜ਼ਿਕ ਵੀ ਹੈਗਾ ਇਹ ਆਪਾਂ ਸਾਰਾ ਤੁਸੀਂ ਵੀਜ਼ਾ ਆਫਸਰ ਨੂੰ ਐਕਸਪਲੇਨ ਕਰਨਾ ਹੁੰਦਾ ਤੇ ਤੁਹਾਡੀ ਫਾਈਨੈਂਸ਼ੀਅਲ ਦੇ ਸਰ ਜੋ ਫੰਡ ਆਪਾਂ ਹਾਈ ਕਮਿਸ਼ਨ ਸਕੂਲ ਨੂੰ ਤੁਹਾਡੇ ਦਿੱਤੇ ਆਈ 20 ਦੇ ਵਾਸਤੇ ਜਸਟ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਆ ਉਹਦੇ ਬਾਰੇ ਹੀ ਕੁਐਸਚਨ ਪੁੱਛੇ ਜਾਣੇ ਆ ਇਨਕਮ ਤੁਹਾਡੀ 6 ਲੱਖ ਆ ਗਈ ਹੈ ਤੁਹਾਡੀ 60 ਲੱਖ ਆ ਗਈ ਹੈ ਡਾਕੂਮੈਂਟੇਸ਼ਨ ਡਸਨਟ ਮੈਟਰ ਤੁਸੀਂ ਇੰਟਰਵਿਊ ਚ ਕੀ ਬੋਲਦੇ ਹੋ ਉਹ ਮੈਟਰ ਕਰਦਾ ਹੈ ਉਹ ਕਿੱਦਾਂ ਬੋਲਣਾ ਹੈ ਕੀ ਬੋਲਣਾ ਹੈ ਉਹ ਆਪਾਂ ਆਪ ਤੁਹਾਨੂੰ ਫ੍ਰੀ ਆਫ ਕਾਸਟ ਹੈਗਾ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਵਾਨੇ ਹੁੰਦੇ ਆ ਸਾਡੇ ਨਾਲ ਇੱਕ ਹੋਰ ਕਾਲਰ ਨੇ ਆਪਾਂ ਇੱਕ ਕਾਲ ਲੈ ਲਨੇ ਆ ਫਿਰ ਅੱਗੇ ਸੈਸਲਾ ਇਸੇ ਤਰ੍ਹਾਂ ਜਾਰੀ ਰਹੂਗਾ ਜੋ ਵੀ ਤੁਸੀਂ ਸਵਾਲ ਪੁੱਛਣੇ ਆ 쇼 ਤੋਂ ਬਾਅਦ ਵੀ ਵੈਸੇ ਤੁਸੀਂ ਕਾਲ ਕਰ ਸਕਦੇ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਭਜਤ ਕਲ ਕਰ ਰਹੀ ਹਾਂ ਲੁਧਿਆਣਾ ਤੋਂ ਹਾਂ ਜੀ ਦੱਸੋ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ ਹਾਂ ਜੀ ਮੈਂ ਆਪਣੇ ਬੱਚੇ ਬਾਰੇ ਪੁੱਛਣਾ ਸੀ ਕਿ ਤੁਹਾਡਾ 쇼 ਚੱਲ ਰਿਹਾ ਸੀ ਤੇ ਯੂ ਐਸ ਐ ਸਕੂਲਿੰਗ ਬਾਰੇ ਪੁੱਛਣਾ ਸੀਗਾ ਹਾਂ ਜੀ ਬਈ ਤੁਸੀਂ ਪੁੱਛੀਏ ਇਹ ਬੱਚੇ ਦੀ ਏਜ ਹੈਗੀ ਹੈ 7 ਸਾਲ ਹੈਲੋ ਹਾਂਜੀ ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਦੱਸੋ 7 ਸਾਲ ਏਜ ਆ ਤੁਹਾਡੇ ਬੱਚੇ ਦੀ ਹਾਂਜੀ ਤੇ ਯੂਐਸਏ ਬਾਰੇ ਪੁੱਛਣਾ ਸੀ ਸਕੂਲਿੰਗ ਵੀਜ਼ਾ ਦਾ ਕੀ ਪ੍ਰੋਸੈਸ ਰਹੇਗਾ ਹਾਂਜੀ ਭਾਜੀ ਕੋਈ ਪੁੱਛਣਾ ਚਾਹੋ ਤੁਸੀਂ ਆ ਮੈਮ ਇਹਦੇ ਵਿੱਚ ਯੂਐਸਏ ਸਕੂਲਿੰਗ ਦੇ ਵਾਸਤੇ ਮੈਂ ਹੁਣੇ ਜਿਵੇਂ ਦੱਸ ਕੇ ਵੀ ਹਟਿਆ ਸਾਡੀ ਸਿਰਫ ਫਾਈਨੈਂਸ਼ੀਅਲ ਕਪੈਸਿਟੀ ਜਾਂਦੀ ਆਪਣੇ ਘਰ 'ਚ ਮੇਨ ਇਨਕਮ ਸੋਰਸ ਕੀ ਹੈਗਾ ਕੀ ਕਰਦੇ ਆ ਘਰ ਵਾਲੇ ਆਪਣੇ ਜੋ ਫੈਮਿਲੀ ਮੈਂਬਰਸ ਹੈਗੇ ਆ ਆ ਜੋਬ ਕਰਦੇ ਆ ਜੋਬ ਕਰਦੇ ਆ ਬੱਚੇ ਦੇ ਨਾਲ ਇਕੱਲੇ ਮਦਰ ਜਾਣਾ ਚਾਹੁੰਦੇ ਆ ਜਾਂ ਬੋਥ ਪੇਰੈਂਟਸ ਜਾਣਾ ਚਾਹੁੰਦੇ ਆ ਬੀਕੋ ਅਸੀਂ ਜਾਣਾ ਤਾਂ ਦੋਨੋਂ ਹੀ ਚਾਹੁੰਦੇ ਆ ਜੀ ਹਾਂਜੀ ਠੀਕ ਹੈ ਤੇ ਸਾਡਾ ਪੋਸੀਬਲ ਹੈ ਅਸੀਂ ਮਤਲਬ ਇਕੱਠੇ ਜਾ ਸਕਦੇ ਸਾਰੇ ਜੀ ਮੈਮ ਦੇਖੋ ਯੂਐਸਏ ਸਕੂਲਿੰਗ ਵੀਜ਼ਾ ਦੇ ਵਿੱਚ ਦੀ ਇਹੋ ਖਾਸੀਅਤ ਹੈਗੀ ਹੈ ਬੱਚੇ ਦੇ ਨਾਲ ਇੱਕ ਪੇਰੈਂਟ ਜਾਣਾ ਚਾਹੁੰਦਾ ਹੈ ਦੋਨੋਂ ਜਾਣਾ ਚਾਹੁੰਦੇ ਆ ਦੋਨੋਂ ਜਾ ਸਕਦੇ ਆ ਇਨਫੈਕਟ ਜੇ ਮਤ ਪੇਰੈਂਟਸ ਨਹੀਂ ਜਾਣਾ ਚਾਹੁੰਦੇ ਆ ਉਹ ਆਪਣੀ ਤਰ੍ਹਾਂ ਤੇ ਕਿਸੇ ਹੋਰ ਨੂੰ ਵੀ ਭੇਜਣਾ ਚਾਹੁੰਦੇ ਆ ਕਰਜ ਕੋਈ ਵੱਡਾ ਭਰਾ ਹੈਗਾ ਆਈਲੈਟਸ ਕ੍ਰੈਕ ਨਹੀਂ ਹੋਈ ਆ ਖਰਚਾ ਜ਼ਿਆਦਾ ਲੱਗਦਾ ਤੁਸੀਂ ਥਰਡ ਪਾਰਟੀ ਨੂੰ ਵੀ ਭੇਜ ਸਕਦੇ ਹੋ ਤੁਹਾਡੇ ਵੱਲੋਂ ਅਥਰਾਇਜ਼ੇਸ਼ਨ ਦੇ ਕੇ ਗ੍ਰੈਂਡਪੇਰੈਂਟਸ ਵੀ ਜਾ ਸਕਦੇ ਆ ਟੋਟਲ ਮੈਮ ਸਾਡੇ 3 ਮਹੀਨੇ ਦਾ ਪ੍ਰੋਸੈਸ ਹੈਗਾ ਆ ਵਿਥਨ 45 ਡੇਸ ਆਪਾਂ ਤੁਹਾਨੂੰ I20 ਲੈ ਕੇ ਦੇ ਦੇਣੀ ਆ ਉਸ ਤੋਂ ਪਹਿਲਾਂ ਬੱਚੇ ਦਾ ਇੱਕ ਛੋਟਾ ਜਿਹਾ ਇੰਟਰਵਿਊ ਹੋਏਗਾ ਆਨਲਾਈਨ ਅਸੈਸਮੈਂਟ ਹੋਏਗੀ ਵੀਡੀਓ ਰਿਕਾਰਡਿੰਗ ਸਾਡੇ ਕੁਝ ਪ੍ਰੋਸੈਸ ਹੈਗੇ ਆ ਜੋ ਸਾਡੀ ਟੀਮ ਤੁਹਾਨੂੰ ਦੱਸ ਦੇਗੀ ਉਹ ਆਪਾਂ ਕਰਨੇ ਆ ਅਦਰ ਕੋਈ ਮਾਰਕਸ ਦਾ ਇਸ਼ੂ ਨਹੀਂ ਹੈ ਕੋਈ ਆਈਐਸਟੀ ਜ਼ਰੂਰਤ ਨਹੀਂ ਹੈ ਕੋਈ ਜੀਆਈਸੀ ਨਹੀਂ ਹੈਗਾ ਕੋਈ ਪੁਰਾਣੇ ਫੰਡਸ ਦੀ ਲੋੜ ਨਹੀਂ ਹੈਗੀ ਆ ਵਾਂਸ ਤੁਹਾਡੀ ਆਈ20 ਆ ਜਾਂਦੀ ਆਪਾਂ ਇੰਟਰਵਿਊ ਸ਼ੈਡਿਊਲ ਕਰਦੇ ਆ ਤੁਹਾਡਾ ਆਈ ਕਮਿਸ਼ਨ ਦੇ ਵਿੱਚ ਪਹਿਲਾ ਬੱਚੇ ਦਾ ਹੋਏਗਾ ਜਿਵੇਂ ਤੁਸੀਂ ਦੱਸਿਆ ਬੱਚਾ 7 ਸਾਲ ਦਾ ਬੱਚੇ ਦੇ ਨਾਲ ਤੁਸੀਂ ਜਾਓਗੇ ਵੀਜ਼ਾ ਆਫੀਸਰ ਤੁਹਾਨੂੰ ਪੁੱਛੇਗਾ ਵਾਈ ਯੂਐਸਏ ਵਾਈ ਥਿਸ ਸਕੂਲ ਯਾ ਫਾਈਨੈਂਸ਼ਲੀ ਤੁਹਾਨੂੰ ਕੌਣ ਸਪੌਂਸਰ ਕਰ ਰਿਹਾ ਉਹ ਤੁਹਾਨੂੰ ਆਪਾਂ ਪੂਰੀ ਪ੍ਰੈਪਰੇਸ਼ਨ ਕਰਾਵਾਂਗੇ ਔਨ ਦਾ ਸਪੋਰਟ ਸਭ ਤੋਂ ਵੱਡੀ ਗੱਲ ਆ ਔਨ ਦਾ ਸਪੋਰਟ ਤੁਹਾਨੂੰ ਕੰਗ੍ਰੈਚੁਲੇਸ਼ਨ ਕਿਹਾ ਜਾਂਦਾ ਔਨ ਦਾ ਸਪੋਰਟ ਤੁਹ ਕਿਸੇ ਅਦਰ ਕੰਟਰੀ ਦੀ ਵਾਂਗੂ ਨਹੀਂ ਹੈ ਕਿ ਫਾਈਲ ਲਗਾਤੀ ਹੈ 2 ਮਹੀਨੇ 3 ਮਹੀਨੇ ਇਫेक्ट 5-5 ਮਹੀਨੇ ਵੀ ਸਕੂਲਿੰਗ ਵੀਜ਼ਾ ਲੈ ਲੈਂਦੇ ਆ ਇੰਨਾ ਵੇਟ ਕਰਨ ਦੀ ਲੋੜ ਨਹੀਂ ਆ ਵਾਂਸ ਤੁਹਾਡੇ ਬੱਚੇ ਦਾ ਵੀਜ਼ਾ ਗ੍ਰਾਂਟ ਹੋ ਗਿਆ ਓਨ ਬਿਹਾਫ ਆਫ 댓 ਤੁਸੀਂ ਬੱਚੇ ਨੂੰ ਡ੍ਰੌਪ ਕਰਨ ਜਾਣਾ ਵਿਦਿਨ ਨੈਕਸਟ 10 ਡੇਸ ਤੁਹਾਡੇ ਹੱਥੇ ਤੁਹਾਡਾ ਵੀ ਵੀਜ਼ਾ ਹੁੰਦਾ ਹੈ ਆਰ ਯੂਐਸਏ ਦੀ ਇੱਕ ਹੋਰ ਖਾਸੀਅਤ ਦੱਸਾਂ ਟਿਊਸ਼ਨ ਫੀ ਟਿਊਸ਼ਨ ਫੀ ਇਜ਼ ਆਫਟਰ ਵੀਜ਼ਾ ਅਪਰੂਵਲ ਤੁਸੀਂ ਜੋ ਬੱਚੇ ਦੀ ਟਿਊਸ਼ਨ ਫੀਸ ਪਾਰਟ ਹੈਗਾ ਆ ਉਹ ਆਪਾਂ ਪਰਮਿਸ਼ਨ ਲੈ ਦਿੰਦੇ ਆ 6 ਮਹੀਨੇ ਦੀ ਭਰਨੀ ਆ 3 ਮਹੀਨੇ ਦੀ ਭਰਨੀ ਆ ਉੰਨੀ ਭਰ ਕੇ ਤੁਸੀਂ ਕੱਟ ਖਰਚੇ ਦੇ ਵਿੱਚ